ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਦੀ ਸਿਆਸਤ ਦੀ, ਜੋ ਸਿਆਸੀ ਸ਼ਤਰੰਜ ਉਹ ਖੇਲਦੇ ਰਹੇ ਨੇ ਔਰ ਹੁਣ ਇੱਕ ਜੋ ਨਵੀਂ ਚਾਲ ਚੱਲ ਰਹੇ ਨੇ ਸਿਆਸੀ ਸ਼ਤਰੰਜ 'ਤੇ, ਜੋ ਸ਼ੈ ਔਰ ਮਾਤ ਦਾ ਖੇਲ ਅਰਵਿੰਦ ਕੇਜਰੀਵਾਲ ਔਰ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਖੇਲਦੀ ਰਹੀ ਹੈ, ਉਹਨੂੰ ਲੈ ਕੇ ਕਈ ਲੋਕ ਸਵਾਲ ਉੱਠ ਚੱਕਦੇ ਰਹੇ ਨੇ ਔਰ ਕਈ ਐਸੇ ਡਿਸੀਜ਼ਨ ਹੋਏ, ਕਈ ਐਸੀ ਚੀਜ਼ਾਂ ਸਾਹਮਣੇ ਆਈਆਂ ਕਿ ਸਵਾਲ ਜਿਹੜੇ ਚੁੱਕਣੇ ਸੀ ਉਹ ਜਾਇਜ਼ ਵੀ ਸੀਗੇ। ਆਮ ਆਦਮੀ ਪਾਰਟੀ ਨੂੰ ਹੁਣ ਆਪਣੀ ਹੋਂਦ ਦਾ ਖਤਰਾ ਹੈ, ਆਪਣੀ ਪਛਾਣ ਦਾ ਖਤਰਾ ਹੈ ਔਰ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕਰਾਂਗੇ। ਕੋਈ ਕਹਿੰਦਾ ਹੈ ਜੀ ਉਹ ਕਾਂਗਰਸ ਦੇ ਨਾਲ ਚਲੇ ਜਾਣਗੇ, ਇੱਕ ਸਟ੍ਰੈਟਜੀ ਸ਼ਾਇਦ ਇਹ ਵੀ ਬਣ ਰਹੀ ਹੈ। ਅਗਰ ਤੁਹਾਨੂੰ ਯਾਦ ਹੈ ਤਾਂ HS ਫੁਲਕਾ ਨੇ ਸ਼ਾਇਦ ਇਸ ਗੱਲ ਤੋਂ ਇਤਰਾਜ਼ ਵੀ ਜ਼ਾਹਿਰ ਕੀਤਾ ਸੀ ਕਿ ਅਗਰ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਨੇ ਕੋਈ ਟਾਈ ਅਪ ਕੀਤਾ ਤਾਂ ਮੈਂ ਪਾਰਟੀ ਤੋਂ ਇਸਤੀਫਾ ਦੇ ਦਾਂਗਾ। ਫਿਰ ਬੇਅਦਬੀ ਵਾਲਾ ਮਾਮਲਾ ਆਇਆ, HS ਫੁਲਕਾ ਨੇ ਕਿਹਾ ਕਿ ਮੈਂ 20 ਸਤੰਬਰ ਤੱਕ ਵੇਟ ਕਰਾਂਗਾ, ਅਗਰ ਇਹਦੇ 'ਤੇ ਵੀ ਕੋਈ ਕਾਰਵਾਈ ਤਾਂ ਪਾਰਟੀ ਤੋਂ ਉਹ ਵੀ ਭੱਜਣ ਨੂੰ ਫਿਰ ਰਹੇ ਨੇ, ਰਸਤਾ ਲੱਭ ਰਹੇ ਨੇ, ਬਹਾਨੇ ਲੱਭ ਰਹੇ ਨੇ। ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਧਰਮਵੀਰ ਗਾਂਧੀ, ਗੁਰਪ੍ਰੀਤ ਸਿੰਘ ਘੁੱਗੀ, ਹੋਰ ਕਿੰਨੇ ਸਾਰੇ ਲੋਕ ਜਿਹੜੇ ਪਾਰਟੀ ਨੂੰ ਛੱਡ ਕੇ ਚਲੇ ਗਏ। ਦਿੱਲੀ ਦੇਖੋ ਤਾਂ ਅੰਨਾ ਹਜ਼ਾਰੇ, ਜਿਨ੍ਹਾਂ ਨੂੰ ਮੈਂਟਰ ਮੰਨਿਆ ਜਾਂਦਾ ਸੀ, ਜਿਨ੍ਹਾਂ ਨੂੰ ਸਾਰਾ ਕੁਛ ਝੰਡਾ ਲੈ ਕੇ ਉਹ ਚੱਲੇ, ਪਿੱਛੇ ਪਿੱਛੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਜੋ ਅਸੀਂ ਦਾਮਨ ਫੜ ਕੇ ਅੱਗੇ ਗਏ ਔਰ ਪਾਰਟੀ ਸ਼ੁਰੂ ਕੀਤੀ, ਅੰਨਾ ਹਜ਼ਾਰੇ ਵੀ ਰੁੱਸ ਗਏ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਸਟਾਈਲ ਤੋਂ। ਹੁਣ ਲੇਟੈਸਟ ਤੁਸੀਂ ਸੁਣੋ, ਆਸ਼ੀਸ਼ ਖੇਤਾਨ, ਕੁਮਾਰ ਵਿਸ਼ਵਾਸ ਔਰ ਜਿਹੜਾ ਆਸ਼ੂਤੋਸ਼ ਜਿਹੜੇ ਲੀਡਰ ਸੀਗੇ, ਇਹ ਵੀ ਸਾਰੇ ਛੱਡ ਕੇ ਚਲੇ ਗਏ। ਕਪਿਲ ਮਿਸ਼ਰਾ ਛੱਡ ਕੇ ਚਲੇ ਗਏ, ਕਿਰਨ ਬੇਦੀ ਸੀਗੇ ਉਹਨਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ, ਸ਼ਾਜ਼ੀਆ ਇਲਮੀ BJP ਦੇ ਵਿੱਚ ਆ ਗਈ ਲੀਡਰ। ਜਿੰਨੇ ਲੋਕਾਂ ਦੀ ਫੌਜ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੱਡੇ ਵੱਡੇ ਸੁਪਨੇ ਦਿਖਾਏ ਲੋਕਾਂ ਨੂੰ, ਵੱਡੇ ਵੱਡੇ ਸੁਪਨੇ ਇਹ ਕੀਤਾ ਕਿ ਪੰਜਾਬ ਜਿਹੜੀ ਆਪਣਾ ਭਾਰਤ ਦੀ ਸਿਆਸਤ ਹੈ, ਪੰਜਾਬ ਦੀ ਸਿਆਸਤ, ਅਸੀਂ ਇੱਕ ਨਵਾਂ ਅਕਸ ਲੈ ਕੇ ਆਵਾਂਗੇ, ਇੱਕ ਨਵੀਂ ਸ਼ੁਰੂਆਤ ਕਰਾਂਗੇ, ਉਹ ਸਾਰੇ ਦੇ ਸਾਰੀ ਉੱਥੇ ਦੇ ਉੱਥੇ ਗੱਲਾਂ ਰਹਿ ਗਈਆਂ। ਅੱਜ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕਿਉਂ ਅਪਰੋਚ ਕੀਤਾ ਜਾ ਰਿਹਾ, ਅਰਵਿੰਦ ਕੇਜਰੀਵਾਲ ਦੀ ਐਸੀ ਕਿਆ ਮਜਬੂਰੀ ਹੈ, ਇਸ ਬਾਰੇ ਅਸੀਂ ਦਰਸ਼ਕਾਂ ਨਾਲ ਗੱਲ ਕਰ ਰਹੇ ਹਾਂ। ਸਾਡੇ ਨਾਲ ਕਈ ਦਰਸ਼ਕ ਫੋਨ 'ਤੇ ਜੁੜੇ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ, ਤੁਸੀਂ ਸੁਣ ਪਾ ਰਹੇ ਹੋ ਜੀ ਮੈਨੂੰ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੀ ਜੀ, ਕਿੱਥੋਂ ਬੋਲ ਰਹੇ ਜੀ? ਆਰਗੇਨਾਈਜੇਸ਼ਨ ਆਫ ਪਾਰਟੀ ਜੀ, ਤੁਸੀਂ ਆਮ ਆਦਮੀ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ ਜੀ? ਆਮ ਆਦਮੀ ਪਾਰਟੀ ਪੰਜਾਬ ਬਾਰੇ ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਬਹੁਤ ਬਹੁਤ ਠੀਕ ਹੈ ਜੀ ਮਹਾਰਾਜ, ਥੈਂਕ ਯੂ ਜੀ, ਥੈਂਕ ਯੂ। ਇਹ ਦਰਸ਼ਕ ਸਾਨੂੰ ਗੱਲ ਦੱਸਣਾ ਚਾਹ ਰਹੇ ਸੀਗੇ ਔਰ ਇੱਕ ਸਾਡੇ ਹੋਰ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਰਾਮ ਸਿੰਘ ਬੋਲਦਾ ਜੀ, ਲੰਡਨ ਤੋਂ। ਸਤਿ ਸ਼੍ਰੀ ਅਕਾਲ ਜੀ, ਅਰਵਿੰਦ ਕੇਜਰੀਵਾਲ ਦੀ ਜਿਹੜੀ ਸਿਆਸੀ ਸ਼ਤਰੰਜ ਹੈ, ਜਿਹੜੀ ਨਵੀਂ ਚਾਲ ਉਹਨਾਂ ਨੇ ਚੱਲੀ ਹੈ, ਹੁਣ ਕੀ ਹੋਏ, ਘੋੜਾ ਮਰੇਗਾ, ਹਾਥੀ ਮਰੇਗਾ ਜਾਂ ਕੀ ਹੋਏਗਾ, ਦੱਸੋ। ਮਰਨਾ ਕੋਈ ਵੀ ਨੀ ਚਾਹੀਦਾ, ਸਾਡਾ ਪੰਜਾਬ ਸਾਨੂੰ ਜਿੰਦਾ ਰਹਿਣਾ ਚਾਹੀਦਾ ਔਰ ਛੋਟੇਪੁਰ ਨੂੰ ਕੇਜਰੀਵਾਲ ਨਾਲ ਜਾਂ ਖਹਿਰੇ ਨਾਲ ਕਿਸੇ ਨਾਲ ਵੀ ਰਲ ਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਸਾਡੇ ਪੰਜਾਬ ਦੇ ਵਾਸਤੇ ਜੀ। ਜੋ ਪਹਿਲੀਆਂ ਪਾਰਟੀਆਂ ਨੇ ਪੰਜਾਬ ਦੀ ਹਾਲਤ ਕੀਤੀ ਆ ਉਹਨੂੰ ਦੇਖ ਕੇ ਹਰ ਇੱਕ ਬੰਦਾ ਬਹੁਤ ਇਸ ਵੇਲੇ ਫੀਲ ਕਰ ਰਿਹਾ ਵੀ ਸਾਡੇ ਪੰਜਾਬ ਦਾ ਕੀ ਬਣ ਗਿਆ। ਸਾਨੂੰ ਪੰਜਾਬ, ਤੁਹਾਨੂੰ ਆਮ ਆਦਮੀ ਪਾਰਟੀ ਤੋਂ ਅਜੇ ਵੀ ਉਮੀਦ ਹੈ ਕਿ ਕੁਛ ਕਰ ਸਕਦੇ ਹੋ? ਉਹਨਾਂ ਤੋਂ ਬਹੁਤ ਉਮੀਦਾਂ ਆ, ਉਹ ਸਾਰਾ ਕੁਛ ਠੀਕ ਕਰ ਰਹੇ ਆ, ਕਰ ਸਕਦੇ ਪਾਰਟੀਆਂ ਨੇ ਸਾਰੇ ਪੰਜਾਬ ਦਾ ਜਿਹੜਾ ਨਾਸ਼ ਕਰਕੇ ਰੱਖ ਦਿੱਤਾ, ਬੱਚਾ ਬੱਚਾ ਉੱਥੇ ਤੁਰਿਆ, ਰੋਟੀ ਨਹੀਂ ਮਿਲ ਰਹੀ ਜੀ। ਕਾਂਗਰਸ ਦਾ ਵੀ ਇਹ ਹਾਲ ਆ, ਅਕਾਲੀਆਂ ਦਾ ਵੀ ਇਹ ਹਾਲ ਸੀ। ਆਮ ਆਦਮੀ ਪਾਰਟੀ ਤੋਂ ਕਿਸ ਚਮਤਕਾਰ ਦੀ ਉਮੀਦ ਕਰਦੇ ਤੁਸੀਂ? ਕੀ ਕਿਸ ਤਰ੍ਹਾਂ ਕਰ ਸਕਦੇ? ਉਹ ਤੇ ਲੜਦੇ ਹੀ ਰਹਿੰਦੇ ਸਾਰੇ ਆਪਸ 'ਚ, ਕਦੀ ਈਗੋ ਕਲੈਸ਼, ਕਦੀ ਇਹ, ਕਦੀ ਇਹਨੂੰ ਹਟਾ, ਕਦੀ ਉਹਨੂੰ ਲਿਆ, ਇਹੀ ਚੱਲ ਰਿਹਾ ਉੱਥੇ ਤੇ। ਪੋਲਿਟਿਕਸ ਆ, ਇਹਨਾਂ ਨੇ ਲੜ ਭਿੜ ਕੇ ਨੀ, ਫਿਰ ਵੀ ਪੰਜਾਬ ਦਾ ਭਲਾ ਚਾਹੁੰਦੀ ਉਹ ਪਾਰਟੀ ਜੀ, ਸਾਰੇ ਜਿੰਨੀਆਂ ਵੀ ਫੈਮਿਲੀਆਂ ਦੇ ਵਿੱਚ ਵੀ ਹੁੰਦੀ ਰਹਿੰਦੀ, ਉਹ ਵੀ ਇੱਕ ਫੈਮਿਲੀ ਦੀ ਤਰ੍ਹਾਂ ਆ, ਔਰ ਅਸੀਂ ਬਹੁਤ ਉਹਨੂੰ ਸਪੋਰਟ ਕਰਦੇ ਹਾਂ, ਪਿਆਰ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ। ਤੁਹਾਨੂੰ ਅਜੇ ਵੀ ਉਮੀਦ ਹੈ ਆਮ ਆਦਮੀ ਪਾਰਟੀ ਤੋਂ ਜੀ? ਬਹੁਤ ਵਧੀਆ, ਆਮ ਆਦਮੀ ਪਾਰਟੀ ਤੋਂ ਤੁਹਾਨੂੰ ਉਮੀਦਾਂ ਨੇ ਔਰ ਉਮੀਦਾਂ ਜਾਰੀ ਰਹਿਣ।
बहुत बहुत शुक्रिया जी साडे नाल गल करन वास्ते। ओके ਇਹ ਸਾਡੇ ਹੋਰ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕੌਣ ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮਹਿੰਦਰ ਸਿੰਘ ਦੇ ਲੋਅਰ ਮੋਹਲਸਲ ਤੋਂ ਬੋਲਦਾ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮਸਲੇ ਤੇ? ਤੇ ਮੈਂ ਇੱਥੇ ਅੱਜ ਦੇ ਮੁੱਦੇ ਤੇ ਕੁਝ ਕਹਿਣਾ ਚਾਹੁੰਦਾ। ਦੱਸੋ ਜੀ, ਮੈਂ ਲਾਈਵ ਆ ਹੁਣ? ਹਾਂਜੀ ਹਾਂਜੀ ਲਾਈਵ ਹੋ ਜੀ, ਤੁਸੀਂ ਲਾਈਵ। ਹਾਂਜੀ, ਤੁਹਾਡੀ ਆਵਾਜ਼ ਜਾ ਰਹੀ ਹੈ। ਹਾਂਜੀ ਹਾਂਜੀ, ਮੇਰਾ ਖਿਆਲ ਇਹ ਆ ਕਿ ਅੱਜ ਸ਼ੇਖ ਪੇਪਰ ਦਾ ਮੁੱਦਾ ਚੱਲਿਆ ਛੋਟੇ, ਹਾਂਜੀ, ਤੇ ਮੇਰਾ ਖਿਆਲ ਇਹ ਆ ਤੇ ਇਹਨਾਂ ਨੂੰ ਵਾਪਸ ਚਲ ਜਾਣਾ ਚਾਹੀਦਾ ਆ। ਅੱਛਾ, ਜਿਹੜਾ ਹੈਲੋ, ਹਾਂਜੀ ਹਾਂਜੀ ਦੱਸੋ ਜੀ, ਦੱਸੋ ਜੀ, ਦੱਸੋ ਜੀ, ਸੁਣ ਰਹੇ ਤਾਂ। ਤੇ ਜਿਹੜਾ ਇਹਨਾਂ ਦਾ ਝਾੜੂ ਤੀਲਾ ਤੀਲਾ ਹੋਇਆ ਹੈ ਨਾ ਜੀ, ਉਹ ਇਕੱਠਾ ਕਰ ਲੈਣਾ ਚਾਹੀਦਾ ਆ। ਤੇ ਕੇਜਰੀਵਾਲ ਨੂੰ ਇੱਕ ਚੀਜ਼ ਕਹਿ ਦੇਣੀ ਚਾਹੀਦੀ, ਮੈਂ ਐਗਜ਼ਾਮਪਲ ਦਿੰਦਾ। 1965 ਦੀ ਜੰਗ ਦੀ, ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਸੀਗੇ, ਉਹਨੇ ਇੱਕ ਗੱਲ ਕਹੀ ਸੀਗੀ ਵੀ ਮੈਨੂੰ ਇਸ ਚੀਜ਼ ਦਾ ਇੰਨਾ ਗਿਆਨ ਨਹੀਂ ਹੈਗਾ ਵੀ ਤੁਸੀਂ ਦੇਸ਼ ਨੂੰ ਬਚਾਉਣਾ ਆ ਜੀ, ਕਿਸੇ ਤਰ੍ਹਾਂ ਵੀ ਬਚਾਓ। ਤੇ ਕੇਜਰੀਵਾਲ ਨੂੰ ਇਹ ਚੀਜ਼ ਕਹਿਣੀ ਚਾਹੀਦੀ ਆ ਵੀ ਤੁਸੀਂ ਪਾਰਟੀ ਨੂੰ ਬਚਾਓ, ਸਾਡੀਆਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਚੋਂ ਜਿਹੜੀਆਂ ਇਹ ਯੋਕਾਂ ਆ ਨਾ ਜੀ, ਪੰਜਾਬ ਨੂੰ ਇਹਨਾਂ ਤੋਂ ਛੁਟਕਾਰਾ ਮਿਲੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਤੁਸੀਂ ਦੇਖਿਆ ਕਿ ਸਾਡੇ ਦਰਸ਼ਕ ਨੇ ਉਹ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੋਲੀਟੀਕਲ ਸਰਵਾਈਵਲ ਹੈ, ਉਹਨਾਂ ਨੂੰ ਲੋਕ ਸਭਾ ਇਲੈਕਸ਼ਨਾਂ ਦੀ ਤਿਆਰੀਆਂ ਨੂੰ ਦੇਖਦੇ ਹੋਏ, ਲੋਕ ਸਭਾ ਇਲੈਕਸ਼ਨਾਂ ਦਾ ਟਾਈਮ ਘੱਟ ਰਹਿ ਗਿਆ ਇਹਨੂੰ ਦੇਖਦੇ ਹੋਏ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੀ ਜਿਹੜੀ ਤਿਆਰੀ ਪੂਰੀ ਨਹੀਂ, ਸਾਡੇ ਲੀਡਰ ਇੱਕ ਮੰਚ 'ਤੇ ਇਕੱਠੇ ਨਹੀਂ ਹੈ, ਅਤੇ ਇਸ ਵਾਸਤੇ ਹੁਣ ਜਿਹੜੀ ਸਿਆਸੀ ਮਜਬੂਰੀ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਲਿਆਈ ਹੈ ਸੁੱਚਾ ਸਿੰਘ ਛੋਟੇਪੁਰ ਦੇ ਦਰਵਾਜ਼ੇ 'ਤੇ। ਸਾਡੇ ਹੋਰ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਜੀ? ਹੈਲੋ, ਹਾਂਜੀ ਹਾਂਜੀ, ਆਪਣਾ ਨਾਮ ਦੱਸੋ ਜੀ। ਹਾਂਜੀ ਮਹਾਰਾਜ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ ਦੱਸੋ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਸਲੇ 'ਤੇ? ਅਰਵਿੰਦ ਕੇਜਰੀਵਾਲ, ਪੰਜਾਬ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਅੱਜ? ਹੈਲੋ, ਹਾਂਜੀ ਸਰ, ਦੱਸੋ ਜੀ। ਆਪਣੇ ਸੁੱਚਾ ਸਿੰਘ ਛੋਟੇਪੁਰ ਜਾਣਾ ਚਾਹੁੰਦੇ ਆ ਤੇ ਫੇਰ ਤਾਂ ਇਹਨਾਂ ਦੀ ਬਹੁਤ ਮਾੜੀ ਗੱਲ ਆ ਜੀ। ਠੀਕ ਹੈ, ਤੇ ਬਾਕੀ ਛੋਟਾਪੁਰ, ਸੁੱਚਾ ਸਿੰਘ ਛੋਟਾਪੁਰ ਨੂੰ ਕੱਢਿਆ, ਕੋਈ ਛੋਟੀ ਜਿਹੀ ਗੱਲ ਲਾ ਕੇ ਨੀ, ਬਹੁਤ ਸੀਰੀਅਸ ਐਲੀਗੇਸ਼ਨ ਲੱਗੇ ਸੀ, ਵੱਡਾ ਇਲਜ਼ਾਮ ਲਾ ਕੇ ਕੱਢਿਆ ਇਹਨਾਂ ਨੂੰ ਜੀ। ਸੁੱਚਾ ਸਿੰਘ ਛੋਟੇਪੁਰ ਕੀ ਸਟੈਂਡ ਲੈਂਦੇ ਨੇ, ਜੋ ਖਬਰ ਹੈ ਆ ਰਹੀ ਹੈ ਕਿ ਇੱਕ ਦੋ ਦਿਨ ਦੇ ਵਿੱਚ ਫੈਸਲਾ ਹੋ ਜਾਏਗਾ, ਲੇਕਿਨ ਦਰਸ਼ਕੋ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਅੱਜ ਜਿਹੜੀ ਮੁਲਾਕਾਤ, ਜੋ ਆਮ ਆਦਮੀ ਪਾਰਟੀ ਦੇ ਚਾਰ ਵੱਡੇ ਲੀਡਰ ਜਾ ਕੇ ਇਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ ਸੁੱਚਾ ਸਿੰਘ ਛੋਟੇਪੁਰ ਨੂੰ, ਔਰ ਉਹਨਾਂ ਨੂੰ ਕਹਿ ਦਿੱਤਾ ਜਾਏ ਪੰਜਾਬੀ 'ਚ ਕਿ ਤਰਲੇ ਮਿੰਨਤਾਂ ਕਰਕੇ ਕਿਹਾ ਜਾ ਰਿਹਾ ਕਿ ਤੁਸੀਂ ਵਾਪਸ ਆ ਜਾਓ, ਤੁਹਾਡਾ ਪੂਰਾ ਮਾਨ ਸਨਮਾਨ ਹੋਏਗਾ। ਔਰ ਸੁੱਚਾ ਸਿੰਘ ਛੋਟੇਪੁਰ ਦਾ ਰਿਐਕਸ਼ਨ ਹੈ ਕਿ ਮੈਂ ਭੁੱਲ ਨਹੀਂ ਸਕਦਾ ਮੈਨੂੰ ਪਾਰਟੀ ਨੇ ਕਿੱਦਾਂ, ਕਿਸ ਦਰਦਨਾਕ ਤਰੀਕੇ ਨਾਲ ਪਾਰਟੀ 'ਚੋਂ ਕੱਢਿਆ ਗਿਆ ਸੀਗਾ, ਮੈਨੂੰ ਕਿੰਨੀ ਮੇਰੀ ਬੇਇੱਜ਼ਤੀ ਹੋਈ ਸੀਗੀ। ਉਦੋਂ ਯਾਦ ਹੋਏਗਾ ਤੁਹਾਨੂੰ ਦਰਸ਼ਕੋ ਕਿ ਸੁੱਚਾ ਸਿੰਘ ਛੋਟੇਪੁਰ ਬਾਰ ਬਾਰ ਇਹ ਦਾਅਵਾ ਕਰਦੇ ਰਹੇ ਕਿ ਮੈਂ ਬੇਗੁਨਾਹ ਹਾਂ। ਇੱਕ ਵੀਡੀਓ ਜੋ ਸਟਿੰਗ ਆਪਰੇਸ਼ਨ ਆਇਆ ਸੀ ਉਹਨੂੰ ਦਿਖਾ ਕੇ, ਉਹਨੂੰ ਡਿਸਕਸ ਕਰਕੇ ਉਹਨਾਂ ਉੱਤੇ ਇਹ ਇਲਜ਼ਾਮ ਲਾ ਕੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚੋਂ ਬੇਦਖਲ ਕਰ ਦਿੱਤਾ ਗਿਆ ਸੀਗਾ। ਸੁੱਚਾ ਸਿੰਘ ਛੋਟੇਪੁਰ ਬਾਰ ਬਾਰ ਕਹਿੰਦੇ ਰਹੇ ਕਿ CBI ਤੋਂ ਵੀ ਮੇਰੀ ਜਾਂਚ ਕਰਾ ਲਓ, ਮੇਰੀ ਤਫਤੀਸ਼ ਕਰਾ ਲਓ, ਮੈਂ ਬੇਗੁਨਾਹ ਹਾਂ, ਪਰ ਕੋਈ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ। ਬਾਅਦ ਵਿੱਚ ਇਹ ਜਦੋਂ ਸਿਆਸਤ ਦਾ ਸਰਵਾਈਵਲ ਦਾ ਸਵਾਲ ਸੀ ਸਿਆਸੀ ਦਾ, ਉਹਨਾਂ ਨੇ ਆਪਣਾ ਪੰਜਾਬ ਪਾਰਟੀ ਬਣਾਤੀ ਇਲੈਕਸ਼ਨਾਂ ਤੋਂ ਪਹਿਲਾਂ, ਲੇਕਿਨ ਉਹ ਖਾਸ ਚਮਤਕਾਰ ਨਹੀਂ ਕਰ ਪਾਈ। ਜੈਸਾ ਕਿ ਜ਼ਾਹਿਰ ਹੁੰਦਾ, ਕੋਈ ਵੀ ਨਵੀਂ ਪਾਰਟੀ ਆਪਣੀ ਇੰਨੀ ਜਲਦੀ ਪਛਾਣ ਨਹੀਂ ਬਣਾ ਸਕਦੀ ਪੰਜਾਬ ਦੇ ਵਿੱਚ। ਸਾਡੇ ਕਈ ਦਰਸ਼ਕ ਫੋਨ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਤੁਸੀਂ ਕੌਣ ਹੋ? ਹੈਲੋ 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 ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ ਅਸ਼ਵਨੀ ਕੁਮਾਰ ਜੀ, ਮੈਂ ਸਤਨਾਮ ਸੋਸਾਇਟੀ ਤੋਂ ਗੱਲ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਹਾਂ TV ਦੀ ਆਵਾਜ਼ ਘੱਟ ਕਰਾਓ ਜੀ। ਠੀਕ ਹੈ ਜੀ, ਉਹਦੇ ਨਾਲ ਆਵਾਜ਼ ਇੱਕੋ ਹੁੰਦੀ ਹੈ, ਤੁਹਾਡਾ ਸਵਾਲ ਸੁਣਿਆ ਨਹੀਂ ਜਾਣਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਸਰ ਜੀ ਜੀ, ਦੱਸੋ ਜੀ ਜੀ। ਦੇਖੋ,
एक बुझारत है ना, जी मुहावरा भी है, कहते दिन मांगे मोती मिले, मांगे मिले ना भीख। जी केजरीवाल नु ना बिना मांगे मोती मिल जाए। अच्छा जी, ओनू कदर ही नहीं करनी आई। ठीक गल। ते दूसरा रहा हुण जी जिहड़ा मुद्दा चुकिया तुसी छोटेपुर वाला, हाँ जी इन जी इनू तो नहीं जाना चाहिदा। ओके, क्योंकि जिहड़ा केजरीवाल आ ओह तां बैठा दिल्ली विच, ओहनू की पता पंजाब विच की हो रहा, किदां लोकी रहिंदे आ, किदां उड़दे बैठदे। जी उहने साडे पंजाबीआं दा कान कीता, गल तां कुछ सुणी नहीं। ओह ते रिमोट कंट्रोल नाल चलांदे आ पार्टी दिल्ली। केजरीवाल का बायकॉट करना चाहिदा, इन्हां सिर्फ अपनी पंजाब विच तीसरी अरविंद केजरीवाल का ही बायकॉट कर देना चाहिए, उस बंदे का बायकॉट कर दो जो पार्टी की कमान लेके चल रहा है, और इन्हां नूं तीसरा मंच एक बनाना चाहिए। हाँ जी, साडे होर दर्शक साडे नाल ने, कौन हो? हाँ जी, तुसीं कौन हो जी, कित्थों बोल रहे हो जी? मैं लेक्चर बोल रहा हां ते से। हाँ जी, सत श्री अकाल जी, ਤੁਸੀਂ ਕੀ ਕਹਿਣਾ ਚਾਹੋਗੇ? ਜੀ ਜੀ ਹਾਂਜੀ ਹਾਂਜੀ ਹਾਂਜੀ, ਕੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਰਵਿੰਦ ਕੇਜਰੀਵਾਲ ਦੀ ਇਸ ਸਿਆਸੀ ਸ਼ਤਰੰਜ ਤੇ, ਤੁਹਾਡਾ ਕੀ ਕਹਿਣਾ ਚਾਹ ਰਹੇ, ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ ਕਹਿਣਾ ਤਾਂ ਕਹਿਣਾ ਤਾਂ ਬਹੁਤ ਕੁਛ ਹੈ, ਪਰ ਟਾਈਮ ਥੋੜਾ ਹੈ। ਦੱਸੋ ਫਿਰ ਵੀ ਤੁਸੀਂ ਕੀ ਸੋਚਦੇ ਹੋ? ਕੇਜਰੀਵਾਲ ਨੂੰ ਸਿਆਸਤ ਵਿੱਚ ਆਉਣਾ ਹੀ ਨਹੀਂ ਚਾਹੀਦਾ, ਜਿਹਨੂੰ ਪੰਜਾਬ ਦਾ ਇਲ ਕੁਕੜ ਪਤਾ ਨਹੀਂ, ਦਿੱਲੀ ਬੈਠੇ ਬੈਠਾ ਕਿਸੇ ਨੂੰ ਕੱਢ ਦਿੰਦਾ, ਕਿਸੇ ਨੂੰ ਪਾ ਦਿੰਦਾ, ਪਰ ਉਹਨੂੰ ਪੰਜਾਬ ਦੇ ਦੁੱਖਾਂ ਦਾ ਹਿੱਤਾਂ ਦਾ ਪਤਾ ਹੀ ਨਹੀਂ। ਠੀਕ ਹੈ ਜੀ, ਉਹਨੂੰ ਪਹਿਲਾਂ ਚਾਹੀਦਾ ਕਿ ਆਪਣੇ ਪੰਜਾਬ 'ਚ ਆ ਕੇ ਪਹਿਲਾਂ ਸਾਲ ਡੇਢ ਸਾਲ ਦੋ ਸਾਲ ਰਹੇ, ਫਿਰ ਦੇਖੇ ਕੀ ਹਾਲਾਤ ਨੇ ਪੰਜਾਬ ਦੇ, ਕਿੱਦਾਂ ਬੰਦੇ ਦੁਖੀ ਨੇ, ਕੀ ਚਾਹੁੰਦੇ ਨੇ। ਲੱਖਾਂ ਕਰੋੜਾਂ ਰੁਪਇਆ ਲਾ ਕੇ ਲੋਕਾਂ ਨੇ ਆਮ ਪਾਰਟੀ ਦੀ ਕਾਸ ਰੱਖੀ ਸੀ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਜੀ, ਦੱਸੋ ਜੀ। ਅੱਛਾ, ਹਾਂ, ਲੱਖਾਂ ਕਰੋੜਾਂ ਬੰਦਿਆਂ ਨੇ ਆਮ ਪਾਰਟੀ ਇੱਕ ਐਸੀ ਆਸ ਰੱਖੀ ਸੀ ਕਿ ਇੱਕ ਨਵਾਂ ਮੋੜ ਆਏਗਾ, ਪਰ ਸੁੱਖਾਪੁਰ ਵਾਲੇ ਨੇ ਜੋ ਕੀਤਾ, ਵੈਸੇ ਮੇਰੇ ਹਿਸਾਬ ਨਾਲ ਤੈਨੂੰ ਸ਼ਰਮ ਆਉਣਾ ਚਾਹੀਦੀ ਹੈ, ਜਦੋਂ ਇਹਨੇ ਆਫਰ ਕੀਤੀ ਇਹਨੂੰ ਉਦੋਂ ਹੀ ਕਹਿ ਦੇਣਾ ਚਾਹੀਦਾ ਕਿ ਮੈਂ ਇਸ ਕਾਬਲ ਨਹੀਂ ਹੈਗਾ। ਇਹ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅਗਰ ਹੁਣ ਇਸ ਪਾਰਟੀ ਵਿੱਚ ਆਉਂਦਾ ਹੈ ਤੇ ਇਹਦਾ ਉਹ ਬੁਰਾ ਹਾਲ ਹੋਣਾ ਜਿਹੜਾ ਕਹਿੰਦੇ ਧੁੱਪ ਦਾ ਪੁੱਤਾ ਘਰ ਦੇਣਾ ਘਰ ਦਾ। ਠੀਕ ਹੈ ਜੀ, ਸ਼ੁਕਰੀਆ ਜੀ। ਅਤੇ ਸਾਡੇ ਦਰਸ਼ਕ ਸਾਡੇ ਨਾਲ ਗੱਲ ਕਰ ਰਹੇ ਸੀਗੇ, ਅਤੇ ਇਹ ਚੀਜ਼ ਕਹਿਣਾ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤੇ ਕਿ ਉਹਨਾਂ ਦਾ ਸਰਵਾਈਵਲ ਨਾ ਇੱਧਰ ਦੇ ਰਹਿਣਗੇ ਨਾ ਉੱਧਰ ਦੇ ਰਹਿਣਗੇ ਅਗਰ ਉਹ ਪਾਰਟੀ 'ਚ ਵਾਪਸ ਆਉਂਦੇ ਨੇ। ਅਤੇ ਸੁੱਚਾ ਸਿੰਘ ਛੋਟੇਪੁਰ ਦਾ ਪੋਲੀਟੀਕਲ ਸਰਵਾਈਵਲ ਹੁਣ ਦਾਅ 'ਤੇ ਲੱਗਿਆ ਹੋਇਆ ਹੈ, ਔਰ ਨਾਲ ਹੀ ਦਾਅ 'ਤੇ ਲੱਗਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਦਾ ਜੋ ਏਜੰਡਾ ਹੈ, ਜੋ ਉਹਨਾਂ ਦੀ ਪਾਰਟੀ ਹੈ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹਦਾ ਕੀ ਭਵਿੱਖ ਹੈ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੁਣ ਕੀ ਕਰਨ ਜਾਏਗੀ, ਰੂਸਿਆਂ ਨੂੰ ਮਨਾਏਗੀ, ਕਿਹਦੇ ਕਿਹਦੇ ਦਰਵਾਜ਼ੇ 'ਤੇ ਜਾਏਗੀ, ਔਰ ਕੀ ਗੁਲ ਖਿਲਾਏਗੀ, ਇਸ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਚੱਲਿਆ, ਬ੍ਰੇਕ ਤੋਂ ਬਾਅਦ ਇਹ ਚਰਚਾ, ਇਹ ਵਿਚਾਰ, ਇਹ ਤਬਸਰਾ ਜਾਰੀ ਰਹੇਗਾ।